ਇੰਨਾ ਨਹੀਂ, ਦੂਜੀਆਂ ਸਰਕਾਰਾਂ ਨੂੰ ਵਧੀਆ ਕੰਮ ਕਰਿਆ, ਕੋਈ ਮਾੜਾ ਨਹੀਂ ਕਰਿਆ। ਅਸੀਂ ਸਾਰਿਆਂ ਨੂੰ ਵੋਟਾਂ ਪਾਵਾ ਦੇ ਲਈਆਂ, ਕਾਂਗਰਸ ਨੂੰ ਪਾਈਆਂ ਨੇ, ਅਸੀਂ ਅਕਾਲੀਆਂ ਨੂੰ ਵੀ ਪਾਵਾ ਦੇ ਲਈਆਂ ਨੇ। ਬਾਦਲ ਨੇ ਕੰਮ ਕੀਤੇ ਸੀ, ਬਾਦਲ ਨੇ ਵਧੀਆ ਕੰਮ ਤੋਰੇ ਸੀ, ਵੀ ਉਹਨੂੰ ਦੁਬਾਰਾ ਬਣਾਉਣਾ ਚਾਹੀਦਾ। ਮਤਲਬ ਜੇ ਇਹ ਕਹਿੰਦੇ ਨਾ ਵੀ ਮਤਲਬ ਜੇ ਕਾਂਗਰਸ ਅਤੇ ਅਕਾਲੀ ਕਹਿੰਦੇ ਨੇ ਵੀ ਅਸੀਂ ਕੰਮ ਬਹੁਤ ਕੀਤੇ ਨੇ, ਕੀ ਕੰਮ ਕੀਤੇ ਨੇ ਦੱਸੋ। ਜਿਹੜੀਆਂ ਸਕੀਮਾਂ ਬਾਦਲ ਸਾਹਿਬ ਚਲਾ ਕੇ ਗਏ ਨੇ, ਇੱਕ ਵੀ ਸਕੀਮ, ਦੋ ਸਰਕਾਰਾਂ ਬਦਲ ਗਈਆਂ, ਕੋਈ ਨਹੀਂ ਇਹਨਾਂ ਕੋਲ ਬੰਦ ਕਰ। ਅਨੇਕਾਂ ਹੀ ਸਕੀਮਾਂ ਨੇ ਜਿਹੜੀਆਂ ਬਾਦਲ ਸਾਹਿਬ ਕਰਕੇ ਗਏ ਸੀ, ਉਹ ਤੋਂ ਬਾਅਦ ਉਹਨਾਂ ਨੂੰ ਵਧਾਇਆ ਘਟਾਇਆ ਜਾ ਸਕਦਾ, ਪਰ ਉਹਨੂੰ ਬੰਦ ਨਹੀਂ ਹੋ ਸਕੀ ਕੋਈ ਵੀ ਸਕੀਮ। ਆਖਿਰ ਨੂੰ ਤਾਂ ਉਹ ਜਿਵੇਂ ਭਗਵੰਤ ਮਾਨ ਕਹਿੰਦਾ ਵੀ ਮੜੀਆਂ ਦਾ ਕੰਮ ਹੋ ਗਿਆ, ਧਰਮਸਾਲਾਂ ਦਾ, ਇੱਥੋਂ ਤੱਕ ਕਿੰਨਾ ਗਲੀਆਂ ਨਾਲੀ ਤੱਕ ਕੰਮ ਰਹਿ ਗਿਆ, ਹੋਰ ਕੁਛ ਨਹੀਂ ਕਰਿਆ। ਉਹ ਵੀ ਅੱਧਾ ਹੋਇਆ, ਅੱਧਾ ਕਿਤੇ ਜਥੇਦਾਰ ਖਾ ਜਾਂਦੇ ਆ। ਤੁਹਾਡੇ ਪਿੰਡ ਦੇ ਵਿੱਚ ਬੱਸ ਨਹੀਂ ਆਉਂਦੀ ਤਾਂ ਤੁਹਾਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੋਊਗਾ, ਕੀ ਕੁਝ ਕਹਿਣਾ ਚਾਹੁੰਦੇ? ਕੋਈ ਸਾਧਨ ਨਹੀਂ ਮੈਡਮ, ਇੱਥੇ ਤਾਂ ਅਸੀਂ ਤਾਂ ਬੱਸ ਘਰੇ ਬੈਠੀਆਂ ਰਹਿੰਦੀਆਂ, ਕਿਤੇ ਜਾਣ ਨੂੰ ਹੈ ਹੀ ਨਹੀਂ ਕੋਈ ਸਾਧਨ। ਲੱਗੀ ਹੈ ਨਹੀਂ ਆਉਂਦੀ, ਹੁਣ ਉਹ ਬਾਇਆ ਰੋਪੜ ਹੋ ਕੇ ਲੰਘ ਜਾਂਦੀਆਂ ਨੇ, ਇੱਧਰ ਨੂੰ ਪਿੰਡ ਨੂੰ ਸਵਾਰੀ ਵੀ ਕੋਈ ਨਹੀਂ, ਹਰੇਕ ਕੋਲ ਆਪਣਾ ਆਪਣਾ ਸਾਧਨ ਨੇ, ਕੁਛ ਜਿਹੜੇ ਟੈਂਪੂ ਆਉਂਦੇ ਹੁਣ ਸਵਾਰੀਆਂ ਕੋਲ ਉਹ ਵੀ ਬੰਦ ਹੋ ਗਏ ਨੇ, ਆਉਂਦਾ ਨਹੀਂ, ਹਰੇਕ ਕੋਲ ਆਪਣਾ ਸਾਧਨ ਮੋਟਰਸਾਈਕਲ ਹੈ, ਗੱਡੀ ਹੈ, ਉਹ ਚਲਾ ਜਾਂਦਾ। ਇਹੋ ਜਿਹੇ ਲੋਕ ਵੀ ਹੋਣੇ ਨਾ ਜਿਨ੍ਹਾਂ ਦੇ ਕੋਲ ਇਹੋ ਜਿਹਾ ਸਾਧਨ ਨਹੀਂ ਹੋਣਾ, ਕਿਉਂਕਿ ਹਰ ਪਿੰਡ ਦੇ ਵਿੱਚ ਅਮੀਰ ਲੋਕ ਤਾਂ ਹੁੰਦੇ ਨੇ, ਗਰੀਬ ਲੋਕ ਵੀ ਹੁੰਦੇ ਨੇ, ਤਕਰੀਬਨ ਵੀ ਹੁੰਦੇ ਨੇ ਤਕਰੀਬਨ ਬੈਕ ਸਾਰਿਆਂ ਕੋਲ। ਅੰਕਲ ਜੀ ਵੋਟਾਂ ਨੇੜੇ ਨੇ, ਕਿਹੜੀ ਪਾਰਟੀ ਨੂੰ ਸਭ ਤੋਂ ਪਹਿਲਾਂ ਤਾਂ ਵੋਟ ਪਾਉਂਗੇ ਦੱਸੋ? ਵੋਟ ਤਾਂ ਚੱਲ ਅਸੀਂ ਪਾਵਾਂਗੇ, ਵੋਟ ਦੀ ਤਾਂ ਨਹੀਂ ਗੱਲ, ਵੋਟ ਤਾਂ ਅਸੀਂ ਜੇ ਕਹੀਏ ਕਿ ਸਰਕਾਰ ਜਿਹਨੇ ਕੰਮ ਕਰੇ ਉਹਨੂੰ ਹੀ ਪਾਵਾਂਗੇ ਵੋਟ ਜੀ। ਤੁਹਾਡੇ ਮੁਤਾਬਿਕ ਕਿਹੜੀ ਸਰਕਾਰ ਨੇ ਵੱਧ ਕੰਮ ਕਰਤੇ? ਸਰਕਾਰ ਨੇ ਆਪ ਨੇ, ਦੂਜੀਆਂ ਸਰਕਾਰਾਂ ਸਾਰੀਆਂ ਨਾਲੋਂ ਆਪ ਨੇ ਵੱਧ ਕੰਮ ਕਰੇ ਨੇ। ਆਮ ਆਦਮੀ ਪਾਰਟੀ ਨੂੰ ਅਸੀਂ ਸਾਰਿਆਂ ਨੂੰ ਵੋਟਾਂ ਪਾਪਾ ਦੇਖੀਆਂ ਨੇ ਜੀ, ਸਾਰਿਆਂ ਨੂੰ ਵੋਟਾਂ ਅਸੀਂ ਅਕਾਲੀਆਂ ਨੂੰ ਵੀ ਪਾਪਾ ਦੇਖ ਲਈਆਂ, ਕਾਂਗਰਸ ਨੂੰ ਵੀ ਪਾਪਾ ਦੇਖ ਲਈਆਂ ਨੇ ਜੀ। ਜਿੰਨੀ ਇਹ ਸਰਕਾਰ ਨੇ ਮਤਲਬ ਕੰਮ, ਚਲ ਸਾਰੇ ਕੰਮ ਤਾਂ ਨਹੀਂ ਹੋਏ ਇਹਨਾਂ ਕੋਲ ਵੀ ਜੀ, ਦੂਜੀਆਂ ਸਰਕਾਰਾਂ ਨਾਲੋਂ ਵਧੀਆ ਕੰਮ ਕਰਦਾ ਪਿਆ ਜੀ। ਹਾਂ, ਪਰ ਲੋਕ ਤਾਂ ਕਹਿੰਦੇ ਕਿ ਇਸ ਸਰਕਾਰ ਦੇ ਵਿੱਚ ਨਸ਼ਾ ਵੱਧ ਗਿਆ, ਕ੍ਰਾਈਮ ਵੱਧ ਗਿਆ। ਨਹੀਂ, ਨਸ਼ਾ ਵਧਿਆ ਨਹੀਂ ਹੈਗਾ, ਨਸ਼ਾ ਇਹ ਸਰਕਾਰ 'ਚ ਨਹੀਂ ਵਧਿਆ, ਨਸ਼ਾ ਪਿਛਲੀਆਂ ਸਰਕਾਰਾਂ ਲਿਆਂਦਾ ਤਾਂ ਇਹਨਾਂ ਦਾ ਵਧਿਆ ਨਹੀਂ ਹੈਗਾ, ਬਥੇਰਾ ਕੰਟਰੋਲ ਕਰਦੇ ਨੇ, ਪਰ ਇਹਦੇ ਕੋਲ ਅਫਸਰਸ਼ਾਹੀ ਲੋਟ ਨਹੀਂ ਆਉਂਦੀ ਜੀ। ਅਫਸਰਸ਼ਾਹੀ ਨੂੰ ਜਿਹੜਾ ਲਹੂ ਮੂੰਹ ਨੂੰ ਲੱਗਾ ਇਹਨਾਂ ਦੇ, ਉਹ ਨਹੀਂ ਲੋਟ ਆਉਂਦੀ, ਉਹ ਬਥੇਰਾ ਜ਼ੋਰ ਮਾਰਦਾ ਪਿਆ ਵੀ ਕਿਸੇ ਨਾ ਕਿਸੇ ਤਰ੍ਹਾਂ ਹੋਵੇ, ਪਰ ਉਹਦੀ ਅਜੇ ਵਾਹ ਪੇਸ਼ ਨਹੀਂ ਚੱਲਦੀ, ਬਈ ਟਾਈਮ ਹੈਗਾ ਕਰੇਗਾ ਲੋਟ, ਇਹ ਤਾਂ ਨਹੀਂ ਗੱਲ ਨਹੀਂ ਹੁੰਦਾ, ਹੋਏਗਾ। ਜਿੰਨੇ ਸਰਕਾਰ ਨੇ ਦੋ ਤਿੰਨ ਕੰਮ ਵਧੀਆ, ਸਾਰੇ ਸਰਕਾਰ ਕੋਲ ਕੰਮ ਕਿਸੇ ਕੋਲੋਂ ਵੀ ਨਹੀਂ ਪੂਰੇ ਹੋਏ ਜੀ, ਠੀਕ ਹੈ ਨਾ। ਜਿਹੜੇ ਹੁਣ ਆਪ ਸਰਕਾਰ ਨੇ ਕੰਮ ਕੀਤੇ ਨੇ, ਜ਼ਿਮੀਦਾਰ ਕਿਸੇ ਨੂੰ ਪੁੱਛ ਕੇ ਵੇਖ ਲਿਓ, ਜਿੰਨੀ ਲਾਈਟ ਇਹਨੇ ਛੱਡੀ ਕਿਸੇ ਨੇ ਨਹੀਂ ਛੱਡੀ ਜੀ, ਹੈਂ। ਸੁੱਤੇ ਪਿਆਂ ਝੋਨਾ ਲਾਇਆ ਲੋਕਾਂ ਨੇ, ਜਿੱਥੇ ਸਿਆਲ 'ਚ ਰਾਤ ਨੂੰ ਵਹਿੰਦੇ ਰਹੀ ਜਾਂਦਾ ਸੀ, ਲਾਈਟਾਂ ਨੂੰ ਸੁੱਕਣ ਸੁੱਕ ਜਾਂਦੀ ਸੀ, ਦੂਜੇ ਸੁੱਕ ਜਾਂਦੇ ਹਨ, ਐਤਕੀ ਵਧੀਆ ਜਿੰਨਾ ਚਿਰ ਇਹਨੂੰ ਬਣੇ ਨੂੰ ਹੋਇਆ, ਮਤਲਬ ਵਧੀਆ ਕੰਮ ਕਰਿਆ ਨੇ ਉਹ, ਜਿਹੜੇ ਕੰਮ ਕੀਤੇ ਨੇ ਉਹ ਜਿੰਨੇ ਕੀਤੇ ਨੇ, ਸੜਕਾਂ ਛੁੜਕਾਂ ਵੀ ਜਿੰਨੇ, ਜਿਹੜੀ ਸਰਕਾਰ ਵੀ ਆਉਂਦੀ ਹੁੰਦੀ ਸੀ ਪਹਿਲਾਂ, ਆਖਰੀ 4 ਸਾਲ 'ਚ ਕੰਮ ਕਰਦੀ ਹੁੰਦੀ ਸੀ, ਇੰਨੇ ਪਹਿਲੇ ਸਾਲ 2 ਚ ਕਰਕੇ ਵਿਖਾਲਦੇ ਨੇ, ਹੋਰ ਕੀ ਚਾਹੀਦਾ ਹੁਣ? ਤੁਸੀਂ ਮੰਨਦੇ ਹੋ ਕਿ ਕਿਸਾਨਾਂ ਲਈ ਬਹੁਤ ਕੁਝ ਕੀਤਾ? ਹਾਂ, ਕਿਸਾਨਾਂ ਲਈ ਕੀਤਾ, ਇਹ ਤਾਂ ਨਹੀਂ ਗੱਲ, ਕਿਸਾਨ ਤਾਂ ਨਾ ਲਾ ਕੇ ਕਿਉਂ ਬੈਠੇ ਨੇ ਸ਼ੰਭੂ ਬਾਰਡਰ ਤੇ? ਕਿੱਥੇ ਨਹੀਂ, ਇਹ ਉਹ ਤਾਂ ਸੈਂਟਰ ਦੀ ਹੈ, ਉਹ ਮੰਗਾਂ ਸੈਂਟਰ ਦੀਆਂ ਨੇ, ਜਿਹੜੀ MSP ਹੈ ਜਾਂ ਦੂਜੀਆਂ ਮੰਗਾਂ ਨੇ ਉਹ ਸੈਂਟਰ ਦੀ ਹੈ, ਇਹਦਾ ਬਸ ਕੁਝ ਨਹੀਂ ਉਹਦੇ 'ਚ ਜੀ, ਇਹਦਾ ਇਹਨਾਂ ਕਿਉਂ ਇਹ ਉਹਦੇ ਮਤਹਿਤ ਇਹਨੂੰ ਚੱਲਣਾ ਪੈਂਦਾ, ਮਾੜਾ ਮੋਟਾ ਤਾਂ ਉਹਦੇ ਮਤਹਿਤ ਚੱਲਣਾ ਪਏਗਾ, 50% ਤਾਂ ਚੱਲਣਾ ਪਏਗਾ, 50% ਜਿਹੜੇ ਕੰਮ ਬਿਜਲੀ ਬੁਜਲੀ ਵਾਲੇ ਕੀਤੇ ਨੇ, ਫਸਲਾਂ ਵੇਗੀਆਂ ਨੇ, ਮਤਲਬ ਹੋਰ ਰਿਸ਼ਵਤਖੋਰੀ ਮਗਰ ਪਿਆ ਹੋਇਆ, ਠੀਕ ਹੀ ਗਿਆ। ਇੰਨਾ ਨਹੀਂ, ਦੂਜੀਆਂ ਸਰਕਾਰਾਂ ਨਾਲੋਂ ਵਧੀਆ ਕੰਮ ਕਰਿਆ, ਕੋਈ ਮਾੜਾ ਨਹੀਂ ਕਰਿਆ। ਅਸੀਂ ਸਾਰਿਆਂ ਨੂੰ ਵੋਟਾਂ ਪਾਵਾ ਦੇ ਲਈਆਂ, ਕਾਂਗਰਸ ਨੂੰ ਪਾਈਆਂ ਨੇ, ਅਸੀਂ ਅਕਾਲੀਆਂ ਨੂੰ ਵੀ ਪਾਵਾ ਦੇ ਲਈਆਂ ਨੇ, ਮਤਲਬ ਜਿੰਨੀਆਂ ਅਸੀਂ ਭਾਵੇਂ ਇਹਨੂੰ ਵੋਟਾਂ ਪਾਈਆਂ ਨੇ, ਭਾਵੇਂ ਨਹੀਂ ਪਾਈਆਂ, ਕਿਸੇ ਹੋਰ ਨੂੰ ਪਾਈਆਂ ਨੇ। ਤੁਹਾਡੇ ਪਿੰਡ ਦਾ ਵਿਕਾਸ ਹੋਇਆ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ? ਨਹੀਂ, ਆਮ ਆਦਮੀ ਪਾਰਟੀ ਦੇ ਸਾਲ ਹੀ 2 ਹੋਏ ਨੇ ਇਹਨੂੰ। ਨਹੀਂ, ਤੁਸੀਂ ਕਿਹਾ ਨਾ ਵੀ ਇਹਨੇ ਤਾਂ ਆਉਂਦੇ ਹੀ ਕਰਤੇ ਨੇ। ਹਾਂ ਹਾਂ, ਸੜਕਾਂ ਜਿੰਨੀਆਂ ਵੀ ਸੜਕਾਂ ਸਾਡੀ ਟੁੱਟੀਆਂ, ਸਰਕਾਰ ਕੋਲ ਨਵੀਆਂ ਆਉਂਦੀ, ਜਿੰਨੀਆਂ ਵੀ ਸੜਕਾਂ ਬਣਦੀਆਂ ਹਨ ਆਖਰੀ ਸਾਲ 4 ਸਾਲ 'ਚ ਬਣਦੀਆਂ, ਇਹਨੇ ਜਿੰਨੀਆਂ ਵੀ ਸੜਕਾਂ ਬਣਾਈਆਂ, ਰਾਹੋਂ ਰੋਡ ਤੋਂ ਮਾਛੋਵਾੜਾ ਹੈ, ਖੰਨੇ ਵਾਲਾ ਰੋਡ ਹੈ, ਮਾਛੋੜਾ ਤੋਂ ਪੌਤ ਰੋਡ ਹੈ, ਝਾੜ ਸਾਹਿਬ ਰੋਡ ਹੈ, ਇਹ ਪਹਿਲੇ 1.5 ਸਾਲ 'ਚ ਬਣ ਗਈਆਂ ਨੇ ਜੀ। ਹਾਂ, ਨਹੀਂ ਤਾਂ ਆਖਰੀ 4 ਸਾਲ 'ਚ ਬਣ ਗਈਆਂ ਨੇ। ਤੁਹਾਡੇ ਪਿੰਡ ਦੇ ਵਿੱਚ ਕਿਹੜੀ ਸਹੂਲਤ ਹੈ ਜਿਹੜੀ ਹਾਲੇ ਤੱਕ ਤੁਹਾਨੂੰ ਮਿਲੀ ਨਹੀਂ ਹੈ? ਸਹੂਲਤਾਂ ਪਿੰਡਾਂ ਵਾਲੀਆਂ ਤਾਂ ਹੈਗੀਆਂ ਨੇ ਸਾਰੀਆਂ,
ਮਤਲਬ ਜੇ ਜੇ ਇਹ ਕਹਿੰਦੇ ਨਾ ਵੀ ਮਤਲਬ ਜੇ ਕਾਂਗਰਸ ਅਤੇ ਅਕਾਲੀ ਕਹਿੰਦੇ ਨੇ ਵੀ ਅਸੀਂ ਕੰਮ ਬਹੁਤ ਕੀਤੇ ਨੇ, ਕੀ ਕੰਮ ਕੀਤੇ ਨੇ ਦੱਸੋ? ਆਖਿਰ ਨੂੰ ਤਾਂ ਜਿਵੇਂ ਭਗਵੰਤ ਮਾਨ ਕਹਿੰਦਾ ਵੀ ਮੜੀਆਂ ਦਾ ਕੰਮ ਹੋ ਗਿਆ, ਧਰਮਸ਼ਾਲਾ ਦਾ, ਇੱਥੋਂ ਤੱਕ ਕਿੰਨਾ ਗਲੀਆਂ ਨਾਲੀ ਤੱਕ ਕੰਮ ਰਹਿ ਗਿਆ, ਹੋਰ ਕੁਛ ਨਹੀਂ ਕਰਿਆ, ਉਹ ਵੀ ਅੱਧਾ ਹੋਇਆ, ਅੱਧਾ ਕਿਤੇ ਜਥੇਦਾਰ ਖਾ ਜਾਂਦੇ ਹਨ, ਬਸ ਹੋਰ ਕੁਛ ਨਹੀਂ ਕੀਤਾ। ਤੁਹਾਡੇ ਪਿੰਡ ਦੇ ਲੋਕ ਕਹਿ ਰਹੇ ਨੇ ਕਿ ਸਾਡੇ ਪਿੰਡ ਨੂੰ ਬੱਸ ਨਹੀਂ ਆਉਂਦੀ, ਜੇ ਬੱਸ ਲਾਉਣੀ ਹੁੰਦੀ ਤਾਂ 2 ਸਾਲ 'ਚ ਲੱਗ ਜਾਂਦੀ, ਕਿਉਂਕਿ ਬੱਸ ਕਿਹੜਾ ਬਣਾਉਣੀ ਹੈ, ਬੱਸ ਤਾਂ ਬਣੀ ਬਣਾਈ ਲਾਉਣੀ ਹੋ। ਬੱਸ ਕੀ ਪਤਾ, ਕਈ ਤਾਂ ਕਹਿੰਦੇ ਨੇ ਇੱਕ ਅੱਧੀ ਬੱਸ ਸਾਡੇ ਕਾਗਜ਼ਾਂ 'ਚ ਲੱਗੀ ਹੈ, ਨਹੀਂ ਆਉਂਦੀ, ਹੁਣ ਉਹ ਬਾਇਆ ਰੋਪੜ ਹੋ ਕੇ ਲੰਘ ਜਾਂਦੀਆਂ ਨੇ। ਇੱਧਰ ਨੂੰ ਪਿੰਡ ਨੂੰ ਸਵਾਰੀ ਵੀ ਕੋਈ ਨਹੀਂ, ਹਰੇਕ ਕੋਲ ਆਪਣਾ ਆਪਣਾ ਸਾਧਨ ਨੇ, ਕੁਛ ਜਿਹੜੇ ਟੈਂਪੂ ਆਉਂਦੇ ਹੁਣ ਸਵਾਰੀਆਂ ਕੋਲ ਉਹ ਵੀ ਬੰਦ ਹੋ ਗਏ ਨੇ, ਆਉਂਦਾ ਨਹੀਂ, ਹਰੇਕ ਕੋਲ ਆਪਣਾ ਸਾਧਨ ਮੋਟਰਸਾਈਕਲ ਹੈ, ਗੱਡੀ ਹੈ, ਉਹ ਚਲਾ ਜਾਂਦਾ ਅਗਲਾ। ਮਤਲਬ ਤੁਹਾਡੇ ਕਹਿਣ ਦਾ ਭਾਵ ਇਹ ਹੈ ਕਿ ਸਾਡੇ ਕੋਲ ਆਪਣੇ ਵਹੀਕਲ ਨੇ ਅਤੇ ਜ਼ਿਆਦਾ ਜ਼ਰੂਰਤ ਹੈ ਨਹੀਂ ਬੱਸ ਦੀ? ਨਹੀਂ, ਕੋਈ ਜ਼ਰੂਰਤ ਨਹੀਂ, ਇੰਨੀ ਨਹੀਂ ਹੈਗੀ, ਸਾਰਿਆਂ ਕੋਲ ਆਪਣੇ ਵਹੀਕਲ ਨੇ। ਸਵੇਰੇ ਸ਼ਾਮ ਦਾ ਚਲੋ ਹੈਗਾ ਟਾਈਮ, ਪਰ ਇਹ ਸਿੰਗਲ ਰੋਡ ਦੇ ਇੱਧਰ ਨੂੰ ਬੱਸ ਆ ਨਹੀਂ ਸਕਦੀ, ਬੱਸਾਂ ਇੱਥੋਂ ਇੰਨੇ ਤੰਗ ਮੋੜ ਨੇ, ਬੱਸਾਂ ਮੁੜਦੀਆਂ ਨੇ, ਜੇ ਅੱਗੋਂ ਚੀਜ਼ ਕੋਈ ਆ ਜਾਵੇ ਦੂਜੀ ਚੀਜ਼ ਪਾਸ ਨਹੀਂ ਹੋ ਸਕਦੀ, ਉਹਦੇ 'ਚ ਪ੍ਰੋਬਲਮ ਹੈ। ਪਰ ਪਿੰਡ ਦੇ ਵਿੱਚ ਇਹੋ ਜਿਹੇ ਲੋਕ ਵੀ ਹੋਣੇ ਨਾ ਜਿਨ੍ਹਾਂ ਦੇ ਕੋਲ ਇਹੋ ਜਿਹਾ ਸਾਧਨ ਨਹੀਂ ਹੋਣਾ, ਕਿਉਂਕਿ ਹਰ ਪਿੰਡ ਦੇ ਵਿੱਚ ਅਮੀਰ ਲੋਕ ਤਾਂ ਹੁੰਦੇ ਨੇ, ਗਰੀਬ ਲੋਕ ਵੀ ਹੁੰਦੇ ਨੇ, ਤਕਰੀਬਨ ਵੀ ਹੁੰਦੇ ਨੇ, ਤਕਰੀਬਨ ਬੈਕ ਸਾਰਿਆਂ ਕੋਲ ਹੀ ਨੇ, ਜੀਆਂ ਕੋਲ ਸਾਰਿਆਂ ਕੋਲ, ਕੋਈ ਨਾ ਕੋਈ ਸਾਧਨ ਹੈਗਾ ਸਾਰਿਆਂ ਕੋਲ, ਸਾਰਿਆਂ ਕੋਈ ਐਡੀ ਖਾਸ ਗੱਲ ਨਹੀਂ। ਐਵੇਂ ਲੋਕ ਹੁਣ ਸਾਰੀ ਦੁਨੀਆ ਦੇ ਰਾਜ, ਜੇ ਸਾਰੀ ਦੁਨੀਆ ਦਾ ਆਪਾਂ ਕਹੀਏ ਵੀ ਸਾਰੀ ਦੁਨੀਆ ਦੇ ਕੋਈ ਪੂਰੇ ਹੋ ਜਾਣ ਮੰਗਾਂ, ਉਹ ਤਾਂ ਹੋ ਨਹੀਂ ਸਕਦੀਆਂ, ਮਤਲਬ ਉਹ ਨਹੀਂ ਹੈਗੀ ਗੱਲ। ਠੀਕ ਆ ਕੰਮ, ਪਿੰਡਾਂ 'ਚੋਂ ਪਾਰਟੀ ਬਾਜੀ ਖਤਮ ਹੋ ਗਈ, ਨਹੀਂ ਤਾਂ ਸਾਡੇ ਪਿੰਡ ਥਾਣੇ ਰਹਿੰਦੇ ਹੁੰਦੇ ਹਨ, ਕੋਈ ਕਾਂਗਰਸ ਆ ਗਿਆ, ਕੋਈ ਅਕਾਲੀ ਆ ਗਿਆ, ਥਾਣੇ ਹੁਣ ਸਾਡੇ ਪਿੰਡ ਕੋਈ ਪਾਰਟੀ ਬਾਜੀ ਨਹੀਂ, ਆਰਾਮ ਨਾਲ ਆਰਾਮ ਰੋ ਸ਼ਾਂਤੀ ਨਾਲ ਰਹਿੰਦੇ ਨੇ। ਹਾਂ, ਪੰਜਾਬ ਭਾਰਤ ਵਿੱਚ ਨਾ ਬੀਜੇਪੀ ਵਾਲਿਆਂ ਦਾ ਬਹੁਤ ਵਿਰੋਧ ਹੋ ਰਿਹਾ, ਜੇ ਤੁਹਾਡੇ ਪਿੰਡ ਵਿੱਚ ਕੋਈ ਬੀਜੇਪੀ ਬੀਜੇਪੀ ਦਾ ਤਾਂ ਤੁਸੀਂ ਵੀ ਵਿਰੋਧ ਕਰੋ? ਜ਼ਰੂਰ ਜ਼ਰੂਰ ਕਰਾਂਗੇ, ਬੀਜੇਪੀ ਦਾ ਵਿਰੋਧ ਜ਼ਰੂਰ ਕਰਾਂਗੇ, ਅਸੀਂ ਪਿੰਡ 'ਚ ਨਹੀਂ ਵੜਦੇ ਹਾਂਗੇ। ਕੀ ਰੀਜ਼ਨ ਆ, ਹੈਂ, ਗੱਲ ਦਿਲ 'ਚ ਕੀ ਹੈ ਵੀ ਕਿਹੜੇ ਮੁੱਦੇ ਨੂੰ ਲੈ ਕੇ ਤੁਸੀਂ ਉਹਨਾਂ ਨੂੰ? ਆਹੀ MSP ਦੇ ਵੇਖੋ, ਜਿਹੜੀ ਬਾਰਡਰਾਂ 'ਤੇ ਦੁਨੀਆ ਬੈਠੀ ਆਪਣੀ ਮੰਗਾਂ ਲੈ ਕੇ ਬੈਠੇ ਨਾ, ਉਹਨਾਂ ਨੂੰ ਵੀ ਉਹ ਬਾਰਡਰ 'ਤੇ ਕਿਸੇ ਨੂੰ ਗੋਲੀ ਵੱਜ ਗਈ, ਉਹ ਮੁੰਡਾ ਸਭ ਕਰਨ ਨਹੀਂ ਵੇਲਾ, ਉਹਨੂੰ ਵੀ ਗੋਲੀ ਮਾਰੀ ਇਹਨਾਂ ਨੇ, ਹੋਰ ਵੀ ਬੜੇ ਦੁਨੀਆ ਬੜੇ ਨੌਜਵਾਨ ਫੱਟੜ ਹੋਏ ਸਾਡੇ, ਠੀਕ ਹੈ ਨਾ, ਉੱਥੇ ਉੱਥੇ ਭਾਲ ਛੜੇ ਇਹਨਾਂ ਨੇ, ਜਾਂ ਤਾਂ ਉਹਨਾਂ ਨੂੰ ਕੁਛ ਦੇ ਦੇਣ, ਜਾਂ ਉਹਨਾਂ ਨੂੰ ਕੋਈ ਕਿਸੇ ਬੰਨੇ ਦਾ ਲਾਉਣ, ਜਿਹੜੀ ਮੰਗਾਂ ਇਹਨਾਂ ਨੇ ਮੰਨੀਆਂ ਹਨ, ਉਹ ਵੀ ਨਹੀਂ ਇਹਨਾਂ ਨੇ ਦਿੱਤੀਆਂ, MSP ਮੰਨੀ ਸੀ ਇਹਨਾਂ ਨੇ ਉਦੋਂ, ਉਹ ਵੀ ਨਹੀਂ ਦਿੱਤੀ ਇਹਨਾਂ ਨੇ, ਮਤਲਬ ਅਸੀਂ ਵਿਰੋਧ, ਜੇ ਉਹ ਆਉਂਦਾ ਨਾ BJP ਵਾਲਾ ਕੋਈ ਆਉਂਦਾ, ਅਸੀਂ ਵਿਰੋਧ ਜ਼ਰੂਰ ਕਰਾਂਗੇ।